ਅੱਜ ਇੱਥੇ ਸਾਡੇ ਜਿਹੜੇ ਇਲਾਕਾ ਨਿਵਾਸੀ ਨੇ ਹਲਕਾ ਜੰਡਿਆਲਾ ਗੁਰੂ ਸ਼ਹਿਰ ਦੇ ਅੱਜ ਪੰਜਾਬ ਦੇ ਵਿੱਚ 126 ਨਗਰ ਕੌਂਸਲਾਂ ਦਾ ਜਿਹੜਾ ਚੋਣ ਉਹਨਾਂ ਦਾ ਬਿਗਲ ਵੱਜ ਚੁੱਕਾ। ਮੈਂ ਆਪਣੇ ਸ਼ਹਿਰ ਦੇ ਸਾਰੇ ਸਤਿਕਾਰਯੋਗ ਇਲਾਕਾ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਅੱਜ ਉਹਨਾਂ ਦੇ ਬੇਨਤੀ ਕਰਨ ਵਾਸਤੇ ਆਇਆ ਕਿ ਤੁਸੀਂ ਡਟ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ। 10 ਸਾਲ ਲਗਾਤਾਰ ਇੱਥੇ ਨਗਰ ਕੌਂਸਲ ਜਿਹੜੀ ਹੈ ਉਹ ਦੂਸਰੀ ਪਾਰਟੀ ਦੀ ਬਣਦੀ ਰਹੀ ਹੈ ਔਰ ਪਹਿਲੀ ਵਾਰ ਕਾਂਗਰਸ ਪਾਰਟੀ ਅੱਜ 10 ਸਾਲਾਂ ਬਾਅਦ ਬੇਨਤੀ ਕਰਨ ਆਇਆ ਕਿ ਸਾਡਾ ਸਾਥ ਦਿਓ, ਕਾਂਗਰਸ ਪਾਰਟੀ ਦੀ ਨਗਰ ਕੌਂਸਲ ਬਣਾਓ ਔਰ ਸ਼ਹਿਰ ਦੇ ਵਿੱਚ ਜਿਹੜਾ ਉਹ ਡਟ ਕੇ ਵਿਕਾਸ ਕੀਤਾ ਜਾਵੇਗਾ। 134 ਕਰੋੜ ਰੁਪਈਆ ਜਿਹੜਾ ਵਾ ਪਿੰਡਾਂ ਦੇ ਵਿਕਾਸ ਵਾਸਤੇ ਆਇਆ ਵਾ, ਕਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਜਾਵੇਗੀ ਜੀ? ਬੜੀ ਸਪਸ਼ਟ ਨੀਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ, ਕੈਪਟਨ ਅਮਰਿੰਦਰ ਸਿੰਘ ਜੀ ਦੀ, ਕਿ ਜੋ ਵੀ ਵਿਕਾਸ ਦੇ ਕੰਮ ਨੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਏਗਾ ਬਿਨਾਂ ਕਿਸੇ ਜਾਤ ਪਾਤ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਸਰਵਪੱਖੀ ਵਿਕਾਸ ਹੋਏਗਾ। ਔਰ ਮੈਨੂੰ ਬੜਾ ਮਾਣ ਔਰ ਫਖਰ ਹੈ ਆਪਣੇ ਇਸ ਪਿਆਰੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ 'ਤੇ। ਅੱਜ ਪਿੰਡਾਂ ਦੇ ਵਿੱਚ ਜਿਹੜੇ 10 ਸਾਲਾਂ ਦੇ ਰੁਕੇ ਕੰਮ ਕਾਰ ਸੀਗੇ, ਅੱਜ ਉਹ ਬੜੇ ਆ ਤਸਵੀਰਾਂ ਪਿੰਡਾਂ ਦੀਆਂ ਆਪ ਮੁਹਾਰੇ ਆਪਣੇ ਮੂੰਹੋਂ ਬੋਲਦੀਆਂ ਨੇ। ਅੱਜ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਆ ਉਹ ਇੰਟਰਲੋਕ ਟਾਈਲਾਂ ਲੱਗ ਕੇ ਸੁੰਦਰ ਬਾਜ਼ਾਰ ਗਲੀਆਂ ਲੋਕਾਂ ਦੀਆਂ ਜਿਹੜੀਆਂ ਸੀਗੀਆਂ ਉਹ ਦੇਖਣ ਦੇ ਲਾਇਕ ਨੇ, ਅੱਜ ਉਹ ਬਣ ਕੇ ਤਿਆਰ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ 'ਤੇ ਅਸੀਂ ਜਿਹੜੇ ਆ ਸਾਨੂੰ ਪੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹੋਰ ਘੱਲਿਆ, ਡੇਰਿਆਂ ਦੇ ਰਸਤੇ ਵੀ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ। ਅੱਜ ਜਿਹੜੀ ਉਹ ਛੱਪੜਾਂ ਦੀ ਸਫਾਈ ਵੀ ਕੀਤੀ ਜਾ ਰਹੀ, ਮਤਲਬ ਪੂਰਨ ਤੌਰ 'ਤੇ ਕਹਿ ਸਕਦਾ ਕਿ ਜਿਹੜਾ ਇੱਕ ਵਿਕਾਸ ਹੋਣਾ ਚਾਹੀਦਾ ਪਿੰਡ ਨੂੰ ਲੈ ਕੇ ਅਸੀਂ ਉਹ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਆਪਣੇ ਇਸ ਇਲਾਕਾ ਹਲਕਾ ਵਡਾਲ। ਜਿਨ੍ਹਾਂ ਨੂੰ ਆਉਂਦਾ ਤਾਂ ਕਿਹਾ ਜਾਂਦਾ ਵਾ ਸੜਕਾਂ ਦੇ ਉੱਪਰ ਬੈਠੇ ਹੋਏ ਨੇ, ਲੰਬਾ ਸੰਘਰਸ਼ ਚੱਲ ਚੁੱਕਿਆ ਵਾ, ਪਰ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਟਸ ਤੋਂ ਮਸ ਨੂੰ ਕੀ ਕਹਿਣਾ ਚਾਹੋਗੇ? ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਦੇ ਉੱਪਰ ਆਪਣੀ ਆਵਾਜ਼ ਪੰਜਾਬ ਦੀ ਵਿਧਾਨ ਸਭਾ 'ਚ ਵੀ, ਆਪਣੇ ਕਿਸਾਨ ਕਿਰਤੀ ਕਾਮਿਆਂ ਆੜ੍ਹਤੀਆਂ ਵੀਰਾਂ ਦੇ ਹੱਕ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ 'ਚ ਵੀ ਬੁਲੰਦ ਕੀਤੀ, ਦਿੱਲੀ ਦੇ ਜੰਤਰ ਮੰਤਰ ਵਿਖੇ ਵੀ ਬੁਲੰਦ ਕਰਨ ਦਾ ਮੌਕਾ ਦਿੱਤਾ ਮੇਰੀ ਪਾਰਟੀ ਨੇ। ਅੱਜ ਇਹ ਨਿਹਾਇਤ ਹੀ ਅਫਸੋਸਨਾਕ ਹੈ, ਉਹ ਕਿਸਾਨ ਜਿਹਨੇ ਹਮੇਸ਼ਾ ਹਿੰਦੁਸਤਾਨ ਨੂੰ ਆਪਣਾ ਪੇਟ ਪਾਲਿਆ, ਉਹਨਾਂ ਦਾ ਦੇਸ਼ ਵਾਸੀਆਂ ਦੀ ਸੇਵਾ ਕੀਤੀ, ਅੱਜ ਉਹ ਲੋਕ ਸੜਕਾਂ ਦੇ ਉੱਪਰ ਆ ਠੰਡ ਦੀਆਂ ਠਠਰਦੀਆਂ ਰਾਤਾਂ ਉਹਨਾਂ ਦੇ ਵਿੱਚ ਜਿਹੜੇ ਬਜ਼ੁਰਗ ਸਾਡੇ ਮਾਤਾ ਸਾਡੀਆਂ ਬਜ਼ੁਰਗ ਨੇ, ਬੱਚੇ ਨੇ, ਛੋਟੇ ਨੌਜਵਾਨ, ਜਿਹੜਾ ਤਾਪਮਾਨ ਪਿਛਲੇ ਦਿਨੀ ਸੀਤ ਲਹਿਰ ਪਈ ਹੈ, ਕਿੰਨੇ ਕਿਸਾਨ ਉੱਥੇ ਜਿਹੜੇ ਹੈ ਉਹ ਆਪਣੀ ਜਾਨ ਉਹਨਾਂ ਦੀ ਗਈ ਇਸ ਚੀਜ਼ ਦੇ ਵਿੱਚ, ਨਿਹਾਇਤ ਹੀ ਨਿੰਦਣਯੋਗ, ਨਿਹਾਇਤ ਹੀ ਅਫਸੋਸਨਾਕ ਹੈ। ਔਰ ਮੈਂ ਇਹ ਸਮਝਦਾ ਕਿ ਇਸ ਸਮੱਸਿਆ ਦਾ ਭਾਰਤ ਸਰਕਾਰ ਨੂੰ ਜਲਦੀ ਦਾ ਹੱਲ ਕੱਢਣਾ ਚਾਹੀਦਾ ਔਰ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਮੰਨੀ ਜਾਣੀ ਚਾਹੀਦੀ ਹੈ। ਕਿਸਾਨ ਸਾਰੇ ਹੀ ਦੇਸ਼ ਦੇ ਇਕਮੁੱਠ ਹੋ ਕੇ ਕਹਿ ਰਿਹਾ ਵੀ ਸਾਡੇ ਦੇ ਕਾਨੂੰਨ ਜਿਹੜੇ ਆ ਕਾਲੇ ਨਾ ਥੋਪੇ ਜਾਣ, ਪਰ ਕੁਛ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਇੱਕ ਅਹੰਕਾਰ ਕਿਸਾਨਾਂ ਦੇ ਵਿੱਚ ਅਤੇ ਭਾਰਤ ਦੀ ਸਰਕਾਰ ਦੇ ਵਿੱਚ ਹੈ, ਇਸ ਅਹੰਕਾਰ ਨੂੰ ਖਤਮ ਕਰਕੇ ਤੇ ਕਿਸਾਨਾਂ ਦੀ ਗੱਲ ਮੰਨੀ ਜਾਣੀ ਚਾਹੀਦੀ ਹੈ। ਕਿਸਾਨ